ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਸ਼੍ਰੀਨਗਰ ਰੇਲ ਗੱਡੀ ਦੇ ਇੰਜਨ ਨੂੰ ਲੱਗ ਗਿਆ ਅੱਗ ਟ੍ਰੇਨ ਚਾਲਕਾਂ ਨੇ ਸ਼ਾਲ ਮਾਰ ਕੇ ਬਚਾਈ ਜਾਨ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ਿਰਕਤ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਬੋਹੜ ਚ ਹਿੰਦੂ ਮੂਲ ਕੋਡਵਾੜਕ ਨੇ ਅੱਜ ਫਿਰੋਜ਼ਪੁਰ ਸ਼੍ਰੀਨਗਰ ਰੇਲ ਗੱਡੀ ਨੰਬਰ 14601 ਦੇ ਇੰਜਨ ਨੂੰ ਅਚਾਨਕ ਅੱਗ ਲੱਗ ਗਈ ਟ੍ਰੇਨ ਚਾਲਕਾਂ ਨੇ ਇੰਜਲ ਤੋਂ ਸ਼ਾਨ ਮਾਲ ਕੇ ਆਪਣੀ ਜਾਨ ਬਚਾਈ ਰੇਲਵੇ ਕਰਮਚਾਰੀਆਂ ਨੇ ਪਾਣੀ ਅਤੇ ਫਾਇਰ ਯੰਤਰ ਨਾਲ ਲਾਗ ਤੇ ਕਾਬੂ ਪਾਇਆ ਇਸ ਦੌਰਾਨ ਯਾਤਰੀਆਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਕਰੀਬ 3 ਘੰਟੇ ਬਾਅਦ ਟ੍ਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਫਰੂਜ਼ਪੁਰ ਸ਼੍ਰੀ ਗੰਗਾ ਨਗਰ ਇੰਟਰ ਸਿਟੀ ਟ੍ਰੇਨ ਹਿੰਦੂ ਮੱਲ ਕੋਆਰਡੀਨੇਟੇ ਪਹੁੰਚਦਾ ਚਾਂਗ ਸ਼ੋਰ ਸਰਕਟ ਹੋਣ ਕਾਰਨ ਇੰਜਨ ਨੂੰ ਅੱਗ ਲੱਗੀ ਜਿਵੇਂ ਹੀ ਗੱਡੀ ਦੇ ਡਰਾਈਵਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਸਨੇ ਤੁਰੰਤ ਪ੍ਰਭਾਵ ਨਾਲ ਗੱਡੀ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਦੋਵਾਂ ਵਾਹਨ ਚਾਲਕਾਂ ਨੇ ਆਪਣੀ ਜਾਨ ਬਚਣ ਲਈ ਸ਼ਾਲ ਮਾਰ ਦਿੱਤੀ ਤੇ ਉਹਨਦੀ ਅੱਗ ਤੇ ਕਾਬੂ ਪਾਇਆ ਗਿਆ ਇਸੇ ਤਰ੍ਹਾਂ ਡਰਾਈਵਰ ਦੀ ਮਨਮਰਜ਼ੀ ਕਰਨ ਨਾਲ ਸਿਰਫ ਉਸ ਦੀ ਜਾਨ ਬਚ ਗਈ ਸਗੋਂ ਸਵਾਰੀਆਂ ਦੀ ਜਾਨ ਵੀ ਬਚ ਗਈ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ